अज फिरोजपुर जिले विच जो सानू हुक्म आई सी उपरों पंजाब सरकार वालों माननीय डीजीपी पंजाब वालों फिरोजपुर जिले विच 80 जगह कैसो ऑपरेशन जारी है 300 तो उपर पुलिस मुलाजम तैनात ने 8 साढ़े गैजेटेड अफसर तैनात ने काफ़ी जगह साड़ी रेड चल रही है शेखा वाली बस्ती असी खड़े हैं एक सानू स्नैचर जिहड़ा मिलिया है 3 फेक नंबर वाले मोटरसाइकिल रिकवर हुए हैं 10 ग्राम हैरोइन नाल अक्यूज मिलिया है सारी जगह कोई ना कोई रिकवरी हो रही है सानू बड़ा पॉजिटिव रिजल्ट मिल रहा है पूरे दिन की रिकवरी तुहानू शाम तक असी सारी कंपाइल करके दे साडे जिहड़े माननीय डीजीपी श्री गौरव यादव जी ने उन्होंने स्पैशल एक कैसो ऑपरेशन चलाया सारे पंजाब चल रहा है और उसे कड़ी के तहत मेरी ड्यूटी लगी है फिरोजपुर इतने 80 के करीब पार्टी जी है 80 जगह उपर असी सर्च ऑपरेशन चलाया गया 300 तो उपर जवान और ऑफिसर लगाए गए हैं एंड सम रिकवरीज हैव बीन मेड ऑलसो उस बारे तुम एस एस पी साहब लोकल ब्रीफ कर देंगे बाद गिव यू प्रॉपर डिटेल ऑलसो की होया की नहीं होया सर ये जड़ी सर्च है ये किस नु लेके की जा रही है दिस इज अगेंस्ट ड्रग्स ड्रग्स के उपर कंसिडर करके जो ड्रग पैडलर्स जो ड्रग बेचते हैं पंजाब गवर्नमेंट की मानयोग सीएम साहब की यही प्रायोरिटीज है कि ड्रग के उपर नकेल कसी है जेडे ड्रग्स बेचते हैं या धंधा करते हैं उन्होंने पकड़ के अंदर किया जाए सर बहुत टाइम हो चुके रीड की जाती है ਹੁੰਦਾ ਕੀ ਹੈ ਕਿ 10 ਗ੍ਰਾਮ ਜਾਂ 20 ਗ੍ਰਾਮ ਜਿਹੜੀ ਹੈਗਾ ਚਿੱਟਾ ਮਿਲਦਾ ਜਿਹੜੇ ਵੱਡੇ ਸ਼ਿਕਾਰੀ ਨੇ ਉਹ ਨਿਕਲ ਜਾਂਦੇ ਹਨ ਨਹੀਂ ਐਸਾ ਦੇਖੋ ਮੈਂ ਹਮੇਸ਼ਾ ਆਈ ਹੈਵ ਗਾਟ ਅ ਵੈਰੀ ਲੌਂਗ ਕੈਰੀਅਰ ਮੈਂ ਤਾਂ ਇਹੀ ਕਹਿਣਾ ਹੁੰਦਾ ਕਿ ਆਪਾਂ ਜਨਰਲ ਗੱਲ ਕਰਦੇ ਹਾਂ ਹਮੇਸ਼ਾ ਕਿ ਵੱਡੇ ਸ਼ਿਕਾਰੀ ਦੱਸੋ ਕਿਹੜਾ ਵੱਡਾ ਸ਼ਿਕਾਰ ਨਿਕਲਿਆ ਹੈਗਾ ਕੈਨ ਯੂ ਨੇਮ ਵਨ ਤੁਸੀਂ ਇੱਕ ਵੀ ਨਾਮ ਨਹੀਂ ਲੈ ਸਕਦੇ ਸਰ ਜਦੋਂ ਅਸੀਂ ਸਰਚ ਕਰਦੇ ਹਾਂ ਅਸੀਂ ਕੋਈ ਆਪਰੇਸ਼ਨ ਲਾਂਚ ਕਰਦੇ ਹਾਂ ਸਾਡਾ ਇਹੀ ਮਕਸਦ ਹੁੰਦਾ ਕਿ ਜਿਹੜਾ ਵੀ ਮਾੜਾ ਅਨਸਰ ਹੈ ਜਿਹੜਾ ਇਸ ਚੀਜ਼ 'ਚ ਸ਼ਾਮਲ ਹੈ ਉਹਦੇ ਖਿਲਾਫ਼ ਕਾਰਵਾਈ ਕੀਤੀ ਹੈ ਚਾਹੇ ਉਹ 10 ਗ੍ਰਾਮ ਹੋਏ ਚਾਹੇ 1 ਕਿਲੋ ਹੋਏ ਚਾਹੇ 2 ਕਿਲੋ ਹੋਏ ਡੇਲੀ ਤੁਸੀਂ ਫਿਰੋਜ਼ਪੁਰ ਦੇ ਵਿੱਚ ਅੱਜ ਪੰਜਾਬ ਪੁਲਿਸ ਦੇ ਵੱਲੋਂ ਕੈਸੋ ਆਪਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਹੈਗਾ ਪੰਜਾਬ ਪੁਲਿਸ ਦੇ ਅਧਿਕਾਰੀ ਐਸਪੀ ਡੀਐਸਪੀ ਐਸਐਚਓ ਰੈਂਕ ਅਤੇ ਮੁਲਾਜ਼ਮ ਪੁਲਿਸ ਮੁਲਾਜ਼ਮ ਜਿਹੜੇ ਹੈ ਇਹ ਆਪਰੇਸ਼ਨ ਦੇ ਵਿੱਚ ਹੈਗੇ ਨੇ ਤਾਂ ਸਰਚ ਆਪਰੇਸ਼ਨ ਜਿਹੜਾ ਉਹ ਚਲਾਇਆ ਜਾ ਰਿਹਾ ਹੈਗਾ ਜਿੱਥੇ ਨਸ਼ੇ ਨੂੰ ਲੈ ਕੇ ਜਿਹੜੀ ਗੱਲ ਕੀਤੀ ਜਾਂਦੀ ਹੈਗੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਸ਼ੇਖਾਂ ਦੀ ਬਸਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੁਲਿਸ ਮੁਲਾਜ਼ਮ ਪੁਲਿਸ ਦੇ ਅਧਿਕਾਰੀ ਜਿਹੜਾ ਅੱਜ ਇੱਥੇ ਪਹੁੰਚਿਆ ਤਾਂ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਸਰਚ ਆਪਰੇਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਤਾਂ ਪੁਲਿਸ ਦੇ ਅਧਿਕਾਰੀ ਵੀ ਇੱਥੇ ਮੌਜੂਦ ਹੈ ਸਾਡੇ ਨਾਲ ਐਸਪੀਡੀ ਮੌਜੂਦ ਹੈਗੇ ਨੇ ਸਰ ਦੇਖਿਆ ਜਾਵੇ ਤਾਂ ਅੱਜ ਕੈਸੋ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਹੈਗਾ ਇੱਕ ਫਿਰੋਜ਼ਪੁਰ ਜ਼ਿਲ੍ਹੇ 'ਚ ਕਿੱਥੇ ਕਿੱਥੇ ਚਲਾਇਆ ਜਾ ਰਿਹਾ ਔਰ ਇਹ ਜਿਹੜਾ ਆਪਰੇਸ਼ਨ ਹੈ ਲਗਾਤਾਰ ਜਾਰੀ ਰਹੇਗਾ ਬਿਲਕੁਲ ਜੀ ਇਹ ਫਿਰੋਜ਼ਪੁਰ 'ਚ 40 ਪੁਆਇੰਟ 'ਚ ਚਲਾਇਆ ਜਾ ਰਿਹਾ ਹੈ 100 ਮੁਲਾਜ਼ਮ ਦੀ ਟੀਮ ਬਣੀ ਹੈ ਸਾਇਮਲਟੇਨਸਲੀ ਇੱਕ ਸਮੇਂ ਇੱਕ ਵੇਲੇ 'ਤੇ ਹਰ ਪੁਆਇੰਟ ਵਿੱਚ ਛਾਪਾ ਮਾਰਿਆ ਜਾ ਰਿਹਾ ਜੀ ਤਾਂ ਚੈਕਿੰਗ ਕੀ ਕੀਤੀ ਜਾ ਰਹੀ ਹੈਗੀ ਹੈ ਸਰ ਚੈਕਿੰਗ ਮੇਨਲੀ ਇਹ ਡਰੱਗ ਲਈ ਚੈਕਿੰਗ ਕੀਤੀ ਜਾ ਰਹੀ ਹੈ ਜੋ ਡਰੱਗ ਵੇਚਦਾ ਹੈ ਜੋ ਡਰੱਗ ਸਪਲਾਈ ਕਰਦਾ ਹੈ ਸਾਡਾ ਇਹ ਕੋਸ਼ਿਸ਼ ਹੈ ਕਿ ਬੈਕਵਰਡ ਫਾਰਵਰਡ ਲਿੰਕੇਜ ਨੂੰ ਟਰੇਸ ਕਰਕੇ ਡਰੱਗ ਦੇ ਸਮੱਸਿਆ ਤੋਂ ਪੰਜਾਬ ਨੂੰ ਮੁਕਤ ਕਰਾਈਏ ਜੀ ਥੈਂਕ ਯੂ ਜੀ ਸ਼ੱਕੀ ਪੁਰਸ਼ਾਂ ਨੂੰ ਵੀ ਜਿਹੜਾ ਉਹ ਫੜਿਆ ਜਾ ਰਿਹਾ ਹੈਗਾ ਕਿਉਂਕਿ ਡਰੱਗ ਨੂੰ ਲੈ ਕੇ ਜਿਹੜੀ ਹੈ ਸਰਚ ਜਿਹੜੀ ਚੱਲ ਰਹੀ ਹੈ ਬਿਲਕੁਲ ਜੀ ਜਿੰਨੇ ਸਖਤੀ ਵਿਅਕਤੀ ਨੇ ਜਿਨਕੇ ਉੱਪਰ ਕੰਪਲੇਨ ਹੈਗੀ ਜੋ ਪਹਿਲੇ ਪਰਚੇ ਵਿੱਚ ਵਾਂਟਡ ਨੇ ਜੋ ਭਗੌੜੇ ਨੇ ਸਭ ਨੂੰ ਆਪਾਂ ਫੜ ਕੇ ਆਪਾਂ ਪੰਜਾਬ ਨੂੰ ਇੱਕ ਪ੍ਰੋਪਰ ਲੋ ਐਂਡ ਆਰਡਰ ਦੀ ਸਿਚੁਏਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਬਿਲਕੁਲ ਅੱਜ ਫਿਰੋਜ਼ਪੁਰ ਦੇ ਵਿੱਚ ਸ਼ੇਖਾਂ ਵਾਲੀ ਬਸਤੀ ਦੇ ਵਿੱਚ ਇਹ ਆਪਰੇਸ਼ਨ ਜਿਹੜਾ ਹੈ ਚਲਾਇਆ ਗਿਆ ਹੈਗਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਆ ਇੱਥੇ ਪਹੁੰਚੇ ਹੈਗੇ ਆ ਤਾਂ ਸਰਚ ਆਪਰੇਸ਼ਨ ਕੀਤਾ ਗਿਆ ਕੈਮਰਾ ਪਰਸਨ ਰੋਹੀ ਦੇ ਨਾਲ ਸਨੀ ਚੋਪੜਾ ਜਗਬਾਣੀ ਟੀਵੀ ਫਿਰੋਜ਼ਪੁਰ